ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੱਸੀ ਸਿੱਖੋਂ ਸਰ ਸਾਡੇ ਘਰ ਆਏ ਨੇ, ਸਿੰਗਰ ਸਾਹਿਬ। ਉਹ ਕੁਛ ਚਾਰ ਲਾਈਨਾਂ ਲਿਖ ਕੇ ਆਏ ਨੇ, ਸੁਣਦੇ ਆ ਉਹਨਾਂ ਦੀ ਗੱਲਬਾਤ। ਕਹਾਣੀ ਉੱਡਿਆ ਉਹ ਨਾ ਤੋਂ ਜੋ ਮੈਨੂੰ ਰਾਖ ਕਰਨ ਨੂੰ ਫਿਰਦੇ ਸੀ, ਉਹ ਜੱਟੀ ਖੁਸ਼ ਰਹਿੰਦੀ ਕੱਟੜਾ ਆ ਗਿਆ ਗੁਣੀਆਂ ਬਈ, ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਇੱਥੇ ਦੁਨੀਆ ਬਈ, ਉਹ ਸਿਮਰ ਸ਼ਾਂਤ ਸਮੁੰਦਰ ਵਰਗੀ ਐ ਤੇਰੀ ਉਮਰ ਲੰਘ ਜੂ ਮਿਣਦੇ ਦੀ, ਕਿਹੜੀ ਕਹਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਿਰਦੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਜਲਦ ਵੱਡਾ ਬਿਗ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਧੂ ਨਾਲ ਸਾਡਾ ਨਵਾਂ ਸੌਂਗ ਬਾਈ ਜੀ ਵੀਕਐਂਡ, ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੱਸੀ ਸਿੱਖੋਂ ਸਰ ਸਾਡੇ ਘਰ ਆਏ ਨੇ, ਸਿੰਗਰ ਸਾਹਿਬ। ਉਹ ਕੁਛ ਚਾਰ ਲਾਈਨਾਂ ਲਿਖ ਕੇ ਆਏ ਨੇ, ਸੁਣਦੇ ਆ ਉਹਨਾਂ ਦੀ ਗੱਲਬਾਤ। ਕਹਾਣੀ ਉੱਡਿਆ ਉਹ ਨਾ ਤੋਂ ਜੋ ਮੈਨੂੰ ਰਾਖ ਕਰਨ ਨੂੰ ਫਿਰਦੇ ਸੀ, ਉਹ ਜੱਟੀ ਖੁਸ਼ ਰਹਿੰਦੀ ਕੱਟੜਾ ਆ ਗਿਆ ਗੁਣੀਆਂ ਬਈ, ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਇੱਥੇ ਦੁਨੀਆ ਬਈ, ਉਹ ਸਿਮਰ ਸ਼ਾਂਤ ਸਮੁੰਦਰ ਵਰਗੀ ਐ ਤੇਰੀ ਉਮਰ ਲੰਘ ਜੂ ਮਿਣਦੇ ਦੀ, ਕਿਹੜੀ ਕਹਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਿਰਦੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਜਲਦ ਵੱਡਾ ਬਿਗ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਧੂ ਨਾਲ ਸਾਡਾ ਨਵਾਂ ਸੌਂਗ ਬਾਈ ਜੀ ਵੀਕਐਂਡ, ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੱਸੀ ਸਿੱਖੋਂ ਸਰ ਸਾਡੇ ਘਰ ਆਏ ਨੇ, ਸਿੰਗਰ ਸਾਹਿਬ। ਉਹ ਕੁਛ ਚਾਰ ਲਾਈਨਾਂ ਲਿਖ ਕੇ ਆਏ ਨੇ, ਸੁਣਦੇ ਆ ਉਹਨਾਂ ਦੀ ਗੱਲਬਾਤ। ਕਿਹੜੀ ਕਹਾਣੀ ਉੱਡਿਆ ਉਹਨਾਂ ਤੋਂ ਜੋ ਮੈਨੂੰ ਰਾਖ ਕਰਨ ਨੂੰ ਫਿਰਦੇ ਸੀ, ਉਹ ਜੱਟੀ ਖੁਸ਼ ਰਹਿੰਦੀ ਕੱਟੜਾ ਆ ਗਿਆ ਗੁਣੀਆਂ ਬਈ, ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਇੱਥੇ ਦੁਨੀਆ ਬਈ, ਉਹ ਸਿਮਰ ਸ਼ਾਂਤ ਸਮੁੰਦਰ ਵਰਗੀ ਐ ਤੇਰੀ ਉਮਰ ਲੰਘ ਜੂ ਮਿਣਦੇ ਦੀ, ਕਿਹੜੀ ਕਹਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਿਰਦੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਜਲਦ ਵੱਡਾ ਬਿਗ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਧੂ ਨਾਲ ਸਾਡਾ ਨਵਾਂ ਸੌਂਗ ਬਾਈ ਜੀ ਵੀਕਐਂਡ, ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੱਸੀ ਸਿੱਖੋਂ ਸਰ ਸਾਡੇ ਘਰ ਆਏ ਨੇ, ਸਿੰਗਰ ਸਾਹਿਬ। ਉਹ ਕੁਛ ਚਾਰ ਲਾਈਨਾਂ ਲਿਖ ਕੇ ਆਏ ਨੇ, ਸੁਣਦੇ ਆ ਉਹਨਾਂ ਦੀ ਗੱਲਬਾਤ। ਕਿਹੜੀ ਕਹਾਣੀ ਉੱਡਿਆ ਉਹਨਾਂ ਤੋਂ ਜੋ ਮੈਨੂੰ ਰਾਖ ਕਰਨ ਨੂੰ ਫਿਰਦੇ ਸੀ, ਉਹ ਜੱਟੀ ਖੁਸ਼ ਰਹਿੰਦੀ ਕੱਟੜਾ ਆ ਗਿਆ ਗੁਣੀਆਂ ਬਈ, ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਇੱਥੇ ਦੁਨੀਆ ਬਈ, ਉਹ ਸਿਮਰ ਸ਼ਾਂਤ ਸਮੁੰਦਰ ਵਰਗੀ ਐ ਤੇਰੀ ਉਮਰ ਲੰਘ ਜੂ ਮਿਣਦੇ ਦੀ, ਕਿਹੜੀ ਕਹਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਿਰਦੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਜਲਦ ਵੱਡਾ ਬਿਗ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਧੂ ਨਾਲ ਸਾਡਾ ਨਵਾਂ ਸੌਂਗ ਬਾਈ ਜੀ ਵੀਕਐਂਡ, ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ।
ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੱਸੀ ਸੇਖੋਂ ਸਰ ਸਾਡੇ ਘਰ ਆਏ ਨੇ, ਸਿੰਗਰ ਸਾਹਿਬ। ਉਹ ਕੁਛ ਚਾਰ ਲਾਈਨਾਂ ਲਿਖ ਕੇ ਆਏ ਨੇ, ਸੁਣਦੇ ਉਹਨਾਂ ਦੀ ਗੱਲਬਾਤ। ਕਹਾਣੀ ਉੱਡਿਆ ਉਹਨਾਂ ਤੋਂ ਜੋ ਮੈਨੂੰ ਰਾਖ ਕਰਨ ਨੂੰ ਫਿਰਦੇ ਸੀ, ਉਹ ਜੱਟੀ ਖੁਸ਼ ਰਹਿੰਦੀ ਕੱਢਣਾ ਆ ਗਿਆ ਗੁਣੀਆਂ ਬਈ, ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਇੱਥੇ ਦੁਨੀਆਂ ਬਈ, ਉਹ ਸਿਮਰ ਸ਼ਾਂਤ ਸਮੁੰਦਰ ਵਰਗੀ ਆ ਤੇਰੀ ਉਮਰ ਲੰਘ ਜੂ ਮਿਣਦੇ ਕਹਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਿਰਦੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਜਲਦ ਵੱਡਾ ਬਿਗ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਧੂ ਨਾਲ ਸਾਡਾ ਨਵਾਂ ਸੌਂਗ ਬਾਈ ਜੀ, ਵੀਕ ਐਂਡ ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੱਸੀ ਸੇਖੋਂ ਸਰ ਸਾਡੇ ਘਰ ਆਏ ਨੇ, ਸਿੰਗਰ ਸਾਹਿਬ। ਉਹ ਕੁਛ ਚਾਰ ਲਾਈਨਾਂ ਲਿਖ ਕੇ ਆਏ ਨੇ, ਸੁਣਦੇ ਉਹਨਾਂ ਦੀ ਗੱਲਬਾਤ। ਕਹਾਣੀ ਉੱਡਿਆ ਉਹਨਾਂ ਤੋਂ ਜੋ ਮੈਨੂੰ ਰਾਖ ਕਰਨ ਨੂੰ ਫਿਰਦੇ ਸੀ, ਉਹ ਜੱਟੀ ਖੁਸ਼ ਰਹਿੰਦੀ ਕੱਢਣਾ ਆ ਗਿਆ ਗੁਣੀਆਂ ਬਈ, ਉਦਾਸ ਚਿਹਰਿਆਂ ਨੂੰ ਲੁੱਟ ਲੈਂਦੀ ਇੱਥੇ ਦੁਨੀਆਂ ਬਈ, ਉਹ ਸਿਮਰ ਸ਼ਾਂਤ ਸਮੁੰਦਰ ਵਰਗੀ ਆ ਤੇਰੀ ਉਮਰ ਲੰਘ ਜੂ ਮਿਣਦੇ ਕਹਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਿਰਦੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਜਲਦ ਵੱਡਾ ਬਿਗ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਧੂ ਨਾਲ ਸਾਡਾ ਨਵਾਂ ਸੌਂਗ ਬਾਈ ਜੀ, ਵੀਕ ਐਂਡ ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ।